ਹਸਪਤਾਲ ਜਿਹੜਾ ਹੈਗਾ ਇਹ ਇੱਕ ਬੜੀ ਮਤਲਬ ਇਹਦੀ ਇੱਕ ਸੈਂਕਟਿਟੀ ਆ, ਕਿਸੇ ਵੀ ਗੁੰਡੇ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਹ ਹਸਪਤਾਲ 'ਚ ਆ ਕੇ ਕਿਸੇ ਡਾਕਟਰ 'ਤੇ ਜਾਂ ਕਿਸੇ ਪੇਸ਼ੈਂਟ 'ਤੇ ਹਮਲਾ ਕਰ ਸਕੇ। ਫੋਨ ਖੋਲਦਾ ਇਹ ਨਹੀਂ ਹੋਏਗਾ ਜੀ, ਮਤਲਬ ਜਿਹੜੇ ਗੁੰਡੇ ਆ ਉਹ ਫੜੇ ਜਾਣਗੇ, ਜਿੱਥੇ ਮਰਜ਼ੀ ਭੱਜ ਲੈਣ, ਜਿੱਥੇ ਛੁਪਣਾ ਉਹ ਫੜੇ ਜਾਣਗੇ ਔਰ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏਗੀ। ਅਕਸਰ ਹੀ ਜਿਹੜਾ ਹਸਪਤਾਲ ਵਿਵਾਦਾਂ 'ਚ ਰਹਿੰਦਾ ਹੈਗਾ, ਸੋ ਪਹਿਲਾਂ ਡਾਕਟਰ 'ਤੇ ਹਮਲਾ ਹੋਇਆ ਸੀਗਾ, ਸੋ ਹੁਣ ਪੇਸ਼ੈਂਟ 'ਤੇ ਹਮਲਾ ਹੋਇਆ। ਮੈਂ ਬਹੁਤ ਸੀਰੀਅਸਲੀ ਲੈਂਦਾ ਜੀ ਜਿਹੜਾ ਕੋਈ ਵੀ ਵਾਕਿਆ ਹੈਗਾ। ਹਸਪਤਾਲ ਜਿਹੜਾ ਹੈਗਾ ਇਹ ਇੱਕ ਬੜੀ ਮਤਲਬ ਇਹਦੀ ਇੱਕ ਸੈਂਕਟਿਟੀ ਆ, ਕਿਸੇ ਵੀ ਗੁੰਡੇ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਹ ਹਸਪਤਾਲ 'ਚ ਆ ਕੇ ਕਿਸੇ ਡਾਕਟਰ 'ਤੇ ਜਾਂ ਕਿਸੇ ਪੇਸ਼ੈਂਟ 'ਤੇ ਹਮਲਾ ਕਰ ਸਕੇ। ਕੱਲ੍ਹ ਮੈਂ ਜਲੰਧਰ ਦੇ ਵਿੱਚ ਸੀਗਾ, ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ 165 ਜਿਹੜੇ ਮਹੱਲਾ ਕਲੀਨਿਕ ਆ, ਮੇਰੇ ਡਿਪਾਰਟਮੈਂਟ ਦਾ ਫੰਕਸ਼ਨ ਸੀਗਾ, ਸੋ ਬੀਇੰਗ ਹੈੱਡ ਆਫ ਦੀ ਡਿਪਾਰਟਮੈਂਟ ਮੈਂ ਉੱਥੇ ਸੀ ਅਤੇ ਮੈਂ ਬਹੁਤ ਬਿਜ਼ੀ ਸੀਗਾ, ਮੈਂ ਕੱਲ੍ਹ ਹੀ ਆਉਣਾ ਸੀ। ਅਦਰਵਾਈਜ਼ ਮੈਨੂੰ ਜਦੋਂ ਪਤਾ ਲੱਗਿਆ ਮੇਰਾ ਖੂਨ ਖੋਲਦਾ, ਇਹ ਨਹੀਂ ਹੋਏਗਾ ਜੀ, ਮਤਲਬ ਜਿਹੜੇ ਗੁੰਡੇ ਆ ਫੜੇ ਜਾਣਗੇ, ਜਿੱਥੇ ਮਰਜ਼ੀ ਭੱਜ ਲੈਣ, ਜਿੱਥੇ ਛੁਪਣਾ ਉਹ ਫੜੇ ਜਾਣਗੇ ਔਰ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏਗੀ। ਔਰ ਮੈਂ ਗੁੰਡੇ ਆਸਰਾਂ ਨੂੰ ਮੈਂ ਵਾਰਨ ਵੀ ਕਰਦਾ ਉਹਨਾਂ ਨੂੰ, ਪੰਜਾਬ ਦੇ ਕਿਸੇ ਵੀ ਛੋਟੇ ਤੋਂ ਛੋਟੇ ਆ ਤਾਂ ਬਹੁਤ ਵੱਡਾ ਹਸਪਤਾਲ ਹੈ ਜੀ, ਕਿਸੇ ਵੀ ਹਸਪਤਾਲ 'ਚ ਜਾਂ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ, ਜਿਹੜਾ ਮਰਜ਼ੀ ਹੋਵੇ, ਜਿਹੜੀ ਸਿਹਤ ਸੰਸਥਾ ਹੈਗੀ ਉਹਦੇ ਅੰਦਰ ਜਾ ਕੇ ਕੋਈ ਵੀ ਗੁੰਡੇ ਵੜ ਕੇ ਗੁੰਡਾਗਰਦੀ ਨਹੀਂ ਕਰ ਸਕਣਗੇ, ਨਹੀਂ ਕਰਨ ਦੇਵਾਂਗੇ ਉਹਨਾਂ ਨੂੰ। ਔਰ ਜਿਹੜੇ ਸਾਡੇ ਜਿਹਦੇ ਕਿਸੇ ਵੱਲੋਂ ਵੀ ਜਿਹੜੀ ਡਿਊਟੀ ਦੇ ਵਿੱਚ ਅਣਗਹਿਲੀ ਹੋਏਗੀ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਏਗੀ। ਪਰ ਗੁੰਡਿਆਂ ਵਾਸਤੇ ਸਖ਼ਤ ਵਾਰਨਿੰਗ ਆ ਵੀ ਕਿਸੇ ਵੀ ਮੈਡੀਕਲ ਪਰਸਨਲ ਅਤੇ ਮੈਡੀਕਲ ਇੰਸਟੀਟਿਊਸ਼ਨ ਦੇ ਵਿੱਚ, ਸਿਹਤ ਸੰਸਥਾ ਦੇ ਵਿੱਚ ਗੁੰਡਿਆਂ ਦੀ ਕੋਈ ਉਹਨਾਂ ਨੂੰ ਅੰਦਰ ਵੜਨ ਦੀ ਇਜਾਜ਼ਤ ਨਹੀਂ ਹੈ। ਗੁੰਡਾਗਰਦੀ ਕਰਨੀ ਦੂਰ ਦੀ ਗੱਲ ਹੈ, ਜਿਹਨਾਂ ਨੇ ਕੀਤੀ ਹੈ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ ਕਿ ਇਮੀਜੀਏਟਲੀ ਸਰੈਂਡਰ ਕਰ ਦਿਓ, ਨਹੀਂ ਤਾਂ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਇਹਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ ਔਰ ਉਹਨਾਂ ਨੂੰ ਫੜ ਲਾਂਗੇ ਅਸੀਂ, ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ ਫੜ ਲਾਂਗੇ ਅਸੀਂ ਉਹਨਾਂ ਨੂੰ। ਦੇ ਵਿਲ ਹੈਵ ਟੂ ਫੇਸ ਦਾ ਲਾਅ, ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਣ ਦਿਆਂਗੇ, ਸਖ਼ਤ ਤੋਂ ਸਖ਼ਤ ਸਜ਼ਾ ਦਵਾਵਾਂਗੇ ਉਹਨਾਂ ਨੂੰ ਤਾਂ ਕਿ ਮੁੜ ਕੇ ਕਿਸੇ ਦੀ ਹਿੰਮਤ ਨਾ ਹੋਵੇ। ਉਹ ਮੈਂਆਲਰੇਡੀ ਆਈ ਹੈਵ ਆਲਰੇਡੀ ਔਰਡਰ ਦਾ ਇਨਕੁਆਇਰੀ ਕਿ ਸਾਡੇ ਕੋਲ ਪੈਸਟੋ ਦੀ ਸਿਕਿਉਰਿਟੀ ਆ ਔਰ ਜਿਹੜੇ ਤੁਹਾਡੇ ਪੁਲਿਸ ਦੀ ਆ, ਔਰ ਅਸੀਂ ਇਹ ਮੈਂ ਅੱਗੇ ਇਹ ਵੀ ਮੇਰੀ ਡਾਇਰੈਕਸ਼ਨ ਹੈ ਜੀ, ਅੱਗੇ ਤੋਂ ਫੂਲ ਪਰੂਫ ਅਰੇਂਜਮੈਂਟ ਹੋਣਾ ਚਾਹੀਦਾ ਹਸਪਤਾਲ ਦੇ ਵਿੱਚ, ਉਹ ਹਸਪਤਾਲ ਦੇ ਵਿੱਚ ਐਂਟਰੀ ਨਹੀਂ ਕਰਨ ਦਿੱਤੇ ਜਾਣਗੇ ਗੁੰਡੇ, ਔਰ ਇਹਨਾਂ ਦਾ ਇੱਕ ਅਲਾਰਮ ਸਿਸਟਮ ਹੋਏਗਾ ਉਹ ਮੈਂ ਆਲਰੇਡੀ ਕਹਿ ਦਿੱਤਾ ਇਹਨਾਂ ਨੂੰ ਜੀ। ਅਤੇ ਜਦੋਂ ਇਮੀਜੀਏਟਲੀ ਜੋ ਇੱਦਾਂ ਦੀ ਵਾਕਿਆ ਹੋਏਗੀ, ਗੇਟ ਫੜ ਕੇ ਵੀ, ਗੇਟ ਬੰਦ ਕਰਕੇ ਵੀ, ਜਿਹੜੇ ਹੈਗੇ ਗੁੰਡੇ ਫੜ ਲਏ ਜਾਣਗੇ ਔਰ ਇੱਥੋਂ ਸਿੱਧੇ ਜੇਲ੍ਹ ਜਾਣਗੇ ਉਹ। ਸਰ ਹੋਰ ਵੀ ਸ਼ਰਤੀਆਂ ਸਭ ਕਾਰਵਾਈ ਕੀਤੀ ਜਾਏਗੀ, ਕੱਲ੍ਹ ਵੀ ਕਹਿੰਦੇ ਇੱਕ ਜਗ੍ਹਾ ਦੇ ਉੱਪਰ ਗੋਲੀਆਂ ਚੱਲੀਆਂ ਨੇ, ਫਾਇਰ ਹੋਏ ਨੇ, ਉਹਨਾਂ ਦੇ ਉੱਪਰ ਬਣਦੀ ਕਾਰਵਾਈ ਮੌਜੂਦਾ, ਕਿਉਂਕਿ ਕੱਲ੍ਹ ਕੰਪਲੇਂਟ ਹੋਈ ਹੈ ਇੱਕ ਥਾਂ ਤੇ? ਹਾਂ ਉਹ ਬਿਲਕੁਲ ਜੀ, ਮੈਂ ਕਹਿੰਦਾ ਜਿਹੜੀ ਬਾਹਰ ਵੀ ਗੁੰਡਾਗਰਦੀ ਹੋਊਗੀ ਉਹ ਤਾਂ ਸਰਕਾਰ ਕਰ ਰਹੀ ਆ ਆਲਰੇਡੀ, ਜਿਹੜੇ ਤੁਹਾਨੂੰ ਤੁਸੀਂ ਦੇਖ ਲਓ ਵੀ ਜਿੰਨੇ ਗੈਂਗਸਟਰ ਫੜੇ ਜਾ ਰਹੇ ਆ, ਜਿੰਨੇ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਮਤਲਬ ਦੇ ਆਰ ਬੀਇੰਗ ਬਰੋਟ ਟੂ ਜਸਟਿਸ, ਇਹ ਪਹਿਲੀ ਵਾਰੀ ਆ ਕਿ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਮਤਲਬ ਭੱਜਣ ਨੂੰ ਰਸਤਾ ਨਹੀਂ ਲੱਭ ਰਹੇ, ਉਹਨਾਂ ਨੂੰ ਘੇਰਿਆ ਜਾ ਰਿਹਾ ਔਰ ਉਹਨਾਂ ਨੂੰ ਜੇਲ੍ਹ ਤੱਕ ਪਹੁੰਚਾਇਆ ਜਾ ਰਿਹਾ, ਉਹਨਾਂ ਨੂੰ ਦੇ ਆਰ ਬੀਇੰਗ ਬਰੋਟ ਟੂ ਜਸਟਿਸ। ਗੁੰਡਾਗਰਦੀ ਦੀ ਕੋਈ ਮਤਲਬ ਸਿਵਲਾਈਜ਼ ਸੁਸਾਇਟੀ ਦੇ ਵਿੱਚ ਗੁੰਡਾਗਰਦੀ ਦੀ ਕੋਈ ਜਗ੍ਹਾ ਨਹੀਂ ਹੈ। ਸਰ ਜਿਸ ਤਰ੍ਹਾਂ ਜੀ ਇੱਡੇ ਹਸਪੀਟਲ ਦੇ ਵਿੱਚ ਦੇਖੋ ਮਰੀਜ਼ਾਂ ਦੀ ਤਾਦਾਦ ਜ਼ਿਆਦਾ ਹੈ, ਡਾਕਟਰਾਂ ਦੀ ਤਾਦਾਦ ਜ਼ਿਆਦਾ ਹੈ, ਪੁਲਿਸ ਕਰਮੀ ਸਿਰਫ 5 ਨੇ, ਸਰ ਵੱਡਾ ਸਵਾਲ ਹੈਗਾ ਕਿ ਪੁਲਿਸ ਕਰਮੀਆਂ ਦੀ ਜਿਹੜੀ ਹੈ ਕਿ ਇੱਥੇ ਜਿਹੜੀ ਨਫਰੀ ਵਧਾਈ ਜਾ ਸਕਦੀ ਹੈ? ਉਹ ਵੀ ਕਰਾਂਗੇ ਜੀ, ਜੋ ਵੀ ਲੋੜ ਪਏਗਾ, ਜੋ ਵੀ ਲੋੜ ਪਏਗਾ ਸਭ ਕੁਝ ਕਰਾਂਗੇ। ਗੱਲ 5 ਅਤੇ 50 ਦੀ ਨਹੀਂ ਹੈ ਜੀ, ਗੱਲ ਹੈਗੀ ਹੈ ਕਿ ਮੌਕੇ ਸਿਰ ਜਿਹੜੀ ਪ੍ਰੈਜੈਂਸ ਆਫ ਮਾਈਂਡ ਹੈ ਉਹ ਯੂਜ਼ ਕਰਕੇ ਆਈ ਐਮ ਸ਼ੋਰ ਕਿ ਆਪਣੇ ਕੋਲ ਜਿਹੜੀਆਂ ਬਹੁਤ ਸਾਰੀਆਂ ਪੈਟਰੋਲ ਵਹੀਕਲਸ ਹੈਗੀਆਂ ਜਿਹੜੀਆਂ ਸੜਕਾਂ ਦੇ ਉੱਤੇ ਹੈਗੀਆਂ, ਉਹਨਾਂ ਨੂੰ ਅਲਰਟ ਕੀਤਾ ਜਾ ਸਕਦਾ। ਹੋਰ ਸਾਡੇ ਬੜੇ ਜਿਹੜੇ ਬੜਾ ਸਿਸਟਮ ਹੁੰਦਾ ਇੱਕ ਪੁਲਿਸ ਦਾ, ਗੱਲ ਤਾਂ ਹੈਗੀ ਵੀ ਮੌਕੇ ਸਿਰ ਐਕਟ ਕਰਨ ਦੀ ਗੱਲ ਹੈ ਜੀ, ਮਤਲਬ ਜੇ 5 ਬੰਦੇ ਵੀ ਐਕਟ ਕਰਨਗੇ ਤਾਂ ਗੁੰਡਾਗਰਦੀ ਨਹੀਂ ਹੋ ਸਕਦੀ। ਪਲੱਸ ਉਹਦੇ ਨਾਲ ਸਾਡੇ 20-25 ਬੰਦੇ ਜਿਹੜੇ ਹੈਗੇ ਆ ਉਹ ਪੈਸਕੋ ਦੇ ਵੀ ਹੁੰਦੇ ਆ, ਉਹ ਵੀ ਫੌਜੀ ਆ, ਸਾਬਕਾ ਫੌਜੀ ਆ ਸਾਰੇ, ਉਹ ਵੀ ਸਾਰੇ ਪੁਲਿਸ ਤੋਂ ਘੱਟ ਨਹੀਂ ਹੈ। ਗੱਲ ਮੈਨ ਪਾਵਰ ਦੀ ਨਹੀਂ ਹੈ, ਗੱਲ ਸਿਸਟਮਸ ਦੀ ਹੈ, ਗੱਲ ਪ੍ਰੈਜੈਂਸ ਆਫ ਮਾਈਂਡ ਦੀ ਹੈ, ਗੱਲ ਮੌਕੇ 'ਤੇ ਐਕਸ਼ਨ ਕਰਨ ਦੀ ਹੈ, ਉਹ ਸਾਰਾ ਕਰਨਾ ਪਏਗਾ ਜੀ। ਠੀਕ ਹੈ ਸਰ।
ਕੀਤਾ ਸੀ ਉਹ ਕਹਿੰਦੇ ਸਾਨੂੰ ਆ ਕੇ ਕਹਿੰਦੇ ਸਾਡੇ ਇੱਥੇ ਪੇਸ਼ੈਂਟ ਦਾਖਲ ਆ ਇੱਕ ਇੱਕ ਕਰਕੇ ਆਏ ਜੀ ਸਰ ਇਕੱਠੇ ਨਹੀਂ ਸਰ ਇੱਥੇ ਡਾਕਟਰ ਸਾਹਿਬ ਕੌਣ ਸੀ ਮਾਰਨਾ ਸ਼ੁਰੂ ਕਰਤਾ ਮੈਂ ਦੇਖਿਆ ਤੁਸੀਂ ਵੀਡੀਓ ਚ ਮਨਾ ਕਰ ਰਹੇ ਸੀ ਡਾਕਟਰ ਮਨਾ ਕਰ ਰਹੇ ਸੀ ਕਿੰਨੇ ਬੰਦੇ ਸੀ ਸੀਗਾ ਉਹ ਪਹਿਲਾਂ ਇੱਕ ਉੱਥੇ ਸੀਗਾ ਇੱਕ ਇੱਥੇ ਆ ਗਿਆ ਸਰ ਫਿਰ ਉਸ ਟਾਈਮ ਰੌਲਾ ਪੈਂਦਾ ਸੀ।